ਆਡੀਓ ਜੰਗਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਵਾਂ ਜਦੋਂ ਮੂਰਖ ਲੀਡਰ ਆਪਣੀ ਸਟੇਟ ਨੂੰ ਤਬਾਹ ਕਰਨ ਤੇ ਤੁਲ ਜਾਣ ਉਹਦਾ ਇੱਕ ਨਮੂਨਾ ਪੇਸ਼ ਕਰ ਰਿਹਾ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜੱਗੇ ਆਜ਼ਾਦੀ ਦਾ ਇੱਕ ਵਾਰ ਮੈਮੋਰੀਅਲ ਬਣ ਰਿਹਾ ਕਰਤਾਰਪੁਰ ਵਿਖੇ ਮੈਂ ਇਸ ਵਕਤ ਕਰਤਾਰਪੁਰ ਦੀ GT ਰੋਡ ਦੇ ਉੱਤੇ ਖੜਾ ਇਹ ਜਿਹੜਾ ਸਾਰੀ ਜਗ੍ਹਾ ਸੀਗੀ ਇਹ ਕਰਤਾਰਪੁਰ ਦਾ ਪੋਟੇਟੋ ਰਿਸਰਚ ਸੈਂਟਰ ਸੀਗਾ ਆਲੂਆਂ ਦੀ ਖੋਜ ਕੀਤੀ ਜਾਂਦੀ ਰਿਸਰਚ ਕੀਤੀ ਜਾਂਦੀ ਸੀ ਜ਼ਿਮੀਦਾਰਾਂ ਵਾਸਤੇ 25 acres ਪ੍ਰਾਈਮ ਜ਼ਮੀਨ ਸੀ ਲੇਕਿਨ ਬਾਦਲ ਨੇ ਇੱਥੇ ਚੁੱਕ ਕੇ ਫੈਸਲਾ ਕਰਤਾ ਕਿ ਅਸੀਂ ਜੰਗੇ ਆਜ਼ਾਦੀ ਦਾ ਇੱਕ ਵਾਰ ਮੈਮੋਰੀਅਲ ਬਣਾਉਣਾ ਅਸੀਂ ਸ਼ਹੀਦਾਂ ਦਾ ਮਾਣ ਕਰਦੇ ਹਾਂ ਲੇਕਿਨ ਬਾਦਲ ਸਾਹਿਬ ਨੂੰ 68 years ਬਾਅਦ ਚੇਤੇ ਆਇਆ ਅਤੇ 5ਵੀਂ ਵਾਰੀ ਮੁੱਖ ਮੰਤਰੀ ਬਣਨ ਤੋਂ ਬਾਅਦ ਚੇਤੇ ਆਇਆ ਕਿ ਸ਼ਹੀਦ ਵੀ ਨੇ ਹਿੰਦੁਸਤਾਨ ਦੇ ਜਿਨ੍ਹਾਂ ਨੇ ਇਸ ਮੁਲਕ ਨੂੰ ਆਜ਼ਾਦੀ ਦਵਾਈ ਹੈ ਸਮਾਂ ਠੀਕ ਇਸ ਕਰਕੇ ਨਹੀਂ ਗਾ ਪ੍ਰਾਇਰਿਟੀ ਠੀਕ ਨਹੀਂ ਗਵਰਨਮੈਂਟ ਦੀ ਕਿਉਂਕਿ ਪੰਜਾਬ ਇਸ ਵਕਤ ਕਰਜ਼ੇ 'ਚ ਡੁੱਬਿਆ ਪਿਆ ਪੰਜਾਬ 125 lakh crore ਰੁਪਏ ਦਾ ਕਰਜ਼ਾ ਹੈ ਇਸ ਵਕਤ ਅਸੀਂ 250 rupees ਦੀ ਮਾਮੂਲੀ ਜੀ ਪੈਨਸ਼ਨ ਲੋਕਾਂ ਨੂੰ ਨਹੀਂ ਦੇ ਸਕਦੇ ਗਰੀਬਾਂ ਨੂੰ ਇੱਕ ਮੇਰੇ ਇਲਾਕੇ ਦਾ ਸੋਮਨਾਥ ਢਿਲਵਾਂ ਦਾ ਉਸਨੇ ਚੰਦ ਮਹੀਨੇ ਪਹਿਲੇ ਆਪਣੇ ਆਪ ਨੂੰ ਸਾੜ ਲਿਆ ਸੀਗਾ ਕਿਉਂਕਿ ਉਸਨੂੰ ਕਈ ਮਹੀਨਿਆਂ ਤੋਂ 250 rupees ਪੈਨਸ਼ਨ ਨਹੀਂ ਸੀ ਮਿਲਦੀ ਜਿਹੜੀਆਂ ਸਾਡੀਆਂ ਦਲਿਤ ਭੈਣਾਂ ਨੇ ਜਿਨ੍ਹਾਂ ਨੂੰ ਸ਼ਗਨ ਸਕੀਮ ਕਹਿੰਦੇ ਸੀ ਕਹਿੰਦੇ ਇਹ ਅਕਾਲੀ ਮਾਮੇ ਬਣ ਕੇ ਆਇਆ ਕਰਨਗੇ 15,000 rupees ਸ਼ਾਇਦ ਸ਼ਗਨ ਸਕੀਮ ਦਾ ਕਈ ਮਹੀਨੇ ਉਹਨਾਂ ਨੂੰ ਸ਼ਗਨ ਨਹੀਂ ਪਹੁੰਚਦਾ ਗਰੀਬ ਲੜਕੀਆਂ ਜਿਹੜਾ ਆਟੇ ਦਾਲ ਦੀ ਸਕੀਮ ਹੈ ਗਰੀਬਾਂ ਵਾਸਤੇ ਉਹ ਡਿਲੇਡ ਹੈ 6-6 months ਵਾਸਤੇ ਇਸ ਤੋਂ ਇਲਾਵਾ ਜਿਹੜਾ ਮਾਈਨੋਰਿਟੀ ਸਟੂਡੈਂਟਸ ਸਕਾਲਰਸ਼ਿਪ ਸਕੀਮ ਸੀ ਜਿਹੜੇ ਪੈਸੇ ਗਰੀਬਾਂ ਨੂੰ ਸਰਕਾਰੀ ਸਕੂਲਾਂ ਜਿਹੜੇ ਗਰੀਬ ਬੱਚੇ ਪੜ੍ਹਦੇ ਨੇ ਉਹ ਪੰਜਾਬ ਸਰਕਾਰ ਉਹਨਾਂ ਨੂੰ ਦੇ ਨਹੀਂ ਰਹੀ ਉਹ ਲਾਠੀਆਂ ਖਾਂਦੇ ਫਿਰਦੇ ਨੇ ਸਾਡੇ ਜਿਹੜੇ ਸਰਕਾਰੀ ਸਕੂਲ ਨੇ 18,397 ਸਰਕਾਰੀ ਸਕੂਲ ਨੇ ਪੰਜਾਬ ਦੇ ਵਿੱਚ ਉਹ ਇਸ ਵੇਲੇ ਢਹਿ ਢੇਰੀ ਹੋਏ ਪਏ ਨੇ ਪੁੰਜੇ ਬਹਿ ਕੇ 21ਵੀਂ ਸਦੀ ਸਾਡੇ ਗਰੀਬ ਬੱਚੇ ਜਿਹੜੇ 34 lakh ਨਿਆਣਾ ਪੜ੍ਹਦਾ ਇਹਨਾਂ ਸਕੂਲਾਂ ਦੇ ਵਿੱਚ ਪੁੰਜੇ ਬਹਿ ਕੇ ਪੜ੍ਹਦਾ ਜੀ ਜਿਹੜੇ ਸਾਡੇ ਸਰਕਾਰੀ ਹੋਸਪਿਟਲਸ ਨੇ ਡਿਸਪੈਂਸਰੀਆਂ ਹਸਪਤਾਲ ਉੱਥੇ ਕਾਂ ਬੋਲਦੇ ਨੇ ਸਿਰਫ ਪੁਲਿਸ ਦੇ ਕੇਸਿਸ ਵਾਲੇ ਉੱਥੇ ਜਾ ਕੇ ਐਡਮਿਟ ਹੁੰਦੇ ਨੇ ਕਿਸੇ ਨੂੰ ਕੋਈ ਆਸ ਨਹੀਂ ਕਿ ਸਾਡੀ ਬਿਮਾਰੀ ਉੱਥੋਂ ਸਰਕਾਰੀ ਹਸਪਤਾਲ ਠੀਕ ਹੋ ਸਕਦੀ ਹੈ ਅਮੀਰਾਂ ਨੂੰ ਤਾਂ ਪੜ੍ਹਨ ਵਾਸਤੇ ਵੱਡੀਆਂ ਯੂਨੀਵਰਸਿਟੀਆਂ ਬਣ ਗਈਆਂ ਲਵਲੀ ਬਣ ਗਈ ਦੂਸਰੀਆਂ ਪ੍ਰਾਈਵੇਟ ਯੂਨੀਵਰਸਿਟੀਜ਼ ਬਣ ਗਈਆਂ ਚੰਡੀਗੜ੍ਹ ਯੂਨੀਵਰਸਿਟੀ ਬਣ ਗਈ ਲੇਕਿਨ ਜਿਹੜਾ ਗਰੀਬ ਆਦਮੀ ਬੱਚੇ ਉਹਨਾਂ ਦੇ ਆਪਣੇ ਸਰਕਾਰੀ ਸਕੂਲਾਂ 'ਚ ਹੀ ਨਿਆਣੇ ਪੜ੍ਹਾਉਣੇ ਪੈਣ ਸਿਮਿਲਰਲੀ ਅਮੀਰਾਂ ਲਈ ਇਲਾਜ ਵਾਸਤੇ ਫੋਰਟਿਸ ਐਸਕੋਟ ਅਪੋਲੋ ਵੱਡੇ ਵੱਡੇ ਹੋਸਪਿਟਲ ਬਣ ਗਏ ਪੰਜਾਬ ਦੇ ਵਿੱਚ ਲੇਕਿਨ ਗਰੀਬਾਂ ਨੇ ਤਾਂ ਇਲਾਜ ਉੱਥੇ ਸਰਕਾਰੀ ਹੋਸਪਿਟਲ 'ਚ ਕਰਨਾ ਔਰ ਵੈਸੇ ਵੀ ਗਵਰਨਮੈਂਟ ਦੀ ਰਿਸਪੋਂਸਿਬਿਲਿਟੀ ਆ ਉਹਦੀ ਮੋਰਲ ਰਿਸਪੋਂਸਿਬਿਲਿਟੀ ਆ ਕਿ ਜਿਹੜੀਆਂ ਸਮਾਜ ਭਲਾਈ ਦੀਆਂ ਸਕੀਮਾਂ ਨੇ ਗਰੀਬ ਵਰਗ ਦੀਆਂ ਉਹ ਗਵਰਨਮੈਂਟ ਨੇ ਚਲਾ ਕੇ ਦੇਣੀਆਂ ਲੇਕਿਨ ਚਲਾ ਨਹੀਂ ਪਾ ਰਹੇ ਲੇਕਿਨ ਇਹਦੇ ਲਈ ਆਹ ਜਿਹੜਾ ਪ੍ਰੋਜੈਕਟ ਜਦੋਂ ਸ਼ੁਰੂ ਕੀਤਾ ਸੀ 200 crore rupees ਦਾ ਪ੍ਰੋਜੈਕਟ ਸੀ ਭਰਾਓ ਭੈਣੋ ਹੁਣ ਇਹਦਾ ਮੈਨੂੰ ਪਤਾ ਲੱਗਿਆ ਕਿ ਕੋਸਟ ਐਸਕਲੇਟ ਹੋ ਗਏ ਕਿਉਂਕਿ ਸਮੇਂ ਸਿਰ ਤਾਂ ਹਿੰਦੁਸਤਾਨ 'ਚ ਕੋਈ ਚੀਜ਼ ਬਣਦੀ ਨਹੀਂ ਗੀ ਅੱਜ 256 crore ਦਾ ਪ੍ਰੋਜੈਕਟ ਬਣ ਰਿਹਾ ਕਿੰਨਾ ਸਰੀਆ ਸੀਮੈਂਟ ਕਿੰਨਾ ਕੁਝ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਵਾਸਤੇ ਮੇਰਾ ਮੰਨਣਾ ਕਿ ਜਦੋਂ ਇਹ ਪ੍ਰੋਜੈਕਟ ਕੰਪਲੀਟ ਹੋਵੇਗਾ ਹਾਲੇ 2-3 years ਲੱਗ ਜਾਣਗੇ ਇਹ ਘੱਟੋ ਘੱਟ 350 crore rupees ਦੇ ਵਿੱਚ ਜਾ ਕੇ ਖਤਮ ਔਰ ਇਹਦਾ ਫਾਇਦਾ ਜਿਹੜੇ ਬਾਦਲ ਦਾ ਟੱਬਰ ਹੈ ਛੋਟਾ ਵੱਡਾ ਬਾਦਲ ਇਹਨਾਂ ਨੇ ਇਹ 'ਚੋਂ ਕਮਿਸ਼ਨ ਖਾਣਾ ਵਾ ਘੱਟੋ ਘੱਟ ਮੇਰੇ ਹਿਸਾਬ ਨਾਲ 25% ਕਮਿਸ਼ਨ ਵਿੱਚ ਉੱਡ ਜਾਣਾ ਥੱਲਿਓ ਅਫਸਰਾਂ ਤੋਂ ਲੈ ਕੇ ਉੱਪਰ ਚੀਫ ਮਿਨਿਸਟਰ ਤੱਕ ਡਿਪਟੀ ਚੀਫ ਮਿਨਿਸਟਰ ਤੱਕ 50-60-70 crore rupees 'ਚੋਂ ਕਮਿਸ਼ਨ ਖਾਂਦਾ ਜਾਣਾ ਇਸ ਲਈ ਮੈਂ ਦੁਬਾਰਾ ਕਹਿਣਾ ਚਾਹੁੰਦਾ ਔਰ ਨਾਲ ਨਾਲ ਇੱਕ ਹੀ ਬਸ ਨਹੀਂ ਅੱਜ ਮੇਰੇ ਕੋਲ ਹਿੰਦੁਸਤਾਨ ਟਾਈਮਸ ਅਖਬਾਰ ਆ ਅੱਜ ਦੀ ਬੜੀ ਵੱਡੀ ਅਖਬਾਰ ਆ ਆਪਣੇ ਮੁਲਕ ਦੀ ਸਾਰੀ ਔਰ ਇਹਨਾਂ ਨੇ ਅੱਜ ਫੈਸਲਾ ਕੀਤਾ ਇਸ ਸਰਕਾਰ ਨੇ ਜਿਹੜੀ ਕੈਸ਼ ਸਟ੍ਰੈਪ ਪੰਜਾਬ ਗਵਰਨਮੈਂਟ ਆਰਡਰਸ ਲਗਜ਼ਰੀ ਵਹੀਕਲਸ ਨਹੀਂ ਭਰਾਓ ਛੋਟੀਆਂ ਮੋਟੀਆਂ ਨਹੀਂ ਲੈਂਡ ਕਰੂਜ਼ਰਸ ਟੋਯੋਟਾ ਦੀਆਂ 125 crore rupees ਦੀ ਗੱਡੀ ਔਰ ਉਹਦੇ ਉੱਤੇ ਮੁੜ ਕੇ ਬੁਲੇਟ ਪਰੂਫਿੰਗ ਦਾ ਖਰਚਾ 14 gaddiyan ਲੈ ਰਹੇ ਨੇ ਕਹਿੰਦੇ 20 crore rupees ਜਿਹੜਾ ਹੈ ਉਹ ਇਹਦੇ 'ਤੇ ਖਰਚਾ ਆਉਣਾ 14 gaddiyan ਵੱਡੇ ਬਾਦਲ ਲਈ ਅਤੇ ਛੋਟੇ ਬਾਦਲ ਲਈ ਇਹ ਮੈਂ ਇਸ ਕਰਕੇ ਇੱਥੇ ਲਿਆ ਰਿਹਾ ਵਾਂ ਔਰ ਇਸਦਾ ਮੈਮੋਰੀਅਲ ਦਾ ਉਦਾਹਰਨ ਵੀ ਇਸ ਕਰਕੇ ਦਿੱਤਾ ਵਾ ਦੈਟ ਯੂ ਕੈਨੋਟ ਅਫੋਰਡ ਟੂ ਸਪੈਂਡ ਸੋ ਮਚ ਆਫ ਮਨੀ ਔਨ ਸੱਚ ਥਿੰਗਸ ਐਂਡ ਸੱਚ ਲਗਜ਼ੂਰੀਅਸ ਵਹੀਕਲਸ ਐਟ ਦ ਟਾਈਮ ਵੈਨ ਦ ਸਟੇਟ ਇਜ਼ ਐਬਸੋਲੂਟਲੀ ਇਨ ਸ਼ੈਂਬਲ ਸਾਡਾ ਜਿਹੜਾ ਕਿਸਾਨ ਆ ਉਹ ਅੱਜ ਆਤਮ ਹੱਤਿਆ ਕਰ ਰਿਹਾ ਵਾ ਬੱਚੇ ਸਾਡੇ ਨਸ਼ਿਆਂ ਦੇ ਵਿੱਚ ਨੇ ਆਤਮ ਹੱਤਿਆ ਕਰਨ ਵਾਲੇ ਕਿਸਾਨਾਂ ਨੂੰ ਤਾਂ ਕਹਿੰਦੇ 2 lakh rupees ਲੈ ਲਓ ਤੁਹਾਨੂੰ ਬਹੁਤ ਹੈ ਉਹ ਵੀ ਦਿੰਦੇ ਨਹੀਂ ਗਏ ਟਾਈਮ ਸਿਰ ਲੇਕਿਨ ਆਹ ਸਭ ਕੁਝ ਕਰਨ ਵਾਸਤੇ ਅਤੇ ਗੱਡੀਆਂ ਬੜੀ ਮਹਿੰਗੀਆਂ ਲੈਣ ਵਾਸਤੇ ਇਹਨਾਂ ਕੋਲ ਪੈਸਾ ਹੈਗਾ ਇਸ ਲਈ ਪੰਜਾਬੀ ਉਹ ਜਾਗੋ ਆਪਣਾ ਪੰਜਾਬ ਇਹਨਾਂ ਮੂਰਖ ਬੇਈਮਾਨ ਲੀਡਰਾਂ ਤੋਂ ਆਪਣਾ ਪੰਜਾਬ ਬਚਾਈਏ ਤਾਂ ਕਿ ਆਪਣਾ ਪੰਜਾਬ ਇੱਕ ਅੱਛਾ ਸੂਬਾ ਆਪਾਂ ਬਹਾਲ ਕਰ ਸਕੀਏ ਬਹੁਤ ਬਹੁਤ ਸ਼ੁਕਰੀਆ ਮੈਨੂੰ ਪੂਰਾ ਨਾਮ ਦਿਨ ਤੁਸੀਂ ਗੌਰ ਕਰੋਗੇ ਇਸ ਗੱਲ ਦੇ ਉੱਤੇ ਧੰਨਵਾਦ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਆਡੀਓ ਜੰਗਲ